ਅਸਲਾਮ ਵਾਲੇਕਮ ਨਾਜ਼ਰੀਨ, ਤੁਸੀਂ ਵੇਖ ਰਹੇ ਹੋ ਅਲਬੇਲਾ ਟੀਵੀ। ਇਸ ਵੇਲੇ ਮੇਰੇ ਨਾਲ ਇੱਕ ਐਸੀ ਸ਼ਖਸੀਅਤ ਬੈਠੀ ਹੈ ਜਿਨ੍ਹਾਂ ਦਾ ਮੈਂ ਕੀ ਤਾਰਫ ਕਰਾਵਾਂ, ਮੇਰੇ ਕੋਲ ਤਾਂ ਉਹ ਜੁਮਲੇ ਹੀ ਨਹੀਂ ਹੈਗੇ। ਐਸੇ ਆਲਾ ਫਨਕਾਰ ਜਿਹਨੂੰ ਪੂਰੀ ਦੁਨੀਆ ਦੇ ਵਿੱਚ ਲੋਕ ਪਸੰਦ ਕੀ ਕਰਦੇ ਨੇ, ਔਰ ਐਸੀ ਆਲਾ ਸ਼ਖਸੀਅਤ ਦੇ ਨਾਲ ਨਾਲ ਉਹ ਬਹੁਤ ਅੱਛਾ ਇਨਸਾਨ ਵੀ ਹੈ, ਮੇਰਾ ਦੋਸਤ ਵੀ ਹੈ, ਔਰ ਅੱਜ ਮੇਰੇ ਕਹਿਣ 'ਤੇ ਉਹਨੇ ਮੈਨੂੰ ਟਾਈਮ ਦਿੱਤਾ। ਇਹ ਉਹਨਾਂ ਦੀ ਬੜੀ ਵਾਕਈ ਮੈਂ ਆਪਣੀ ਖੁਸ਼ਕਿਸਮਤੀ ਸਮਝਾਂਗਾ ਕਿ ਹੁਣ ਤੁਸੀਂ ਫਿਲਮ ਇਸ ਵੇਲੇ ਜਿਹੜੀ ਚੱਲ ਰਹੀ ਹੈ ਪੂਰੀ ਦੁਨੀਆ 'ਤੇ, ਚੱਲ ਮੇਰਾ ਪੁੱਤ, ਉਹਨਾਂ ਦੇ ਹੀਰੋ ਨੇ, ਅਤੇ ਉਹਨਾਂ ਨਾਲ ਤੁਹਾਡੀ ਥੋੜ੍ਹੀ ਜਿਹੀ ਗੱਲਬਾਤ ਕਰਵਾਉਂਦੇ ਹਾਂ। ਇਹ ਨਾਸਰ ਚਨਿਓਟੀ ਸਾਹਿਬ, ਅਸਲਾਮ ਵਾਲੇਕਮ। ਵਾਲੇਕੁਮ ਸਲਾਮ ਉਸਤਾਦ ਜੀ, ਕੀ ਹਾਲ ਹੈ, ਠੀਕ ਠਾਕ ਹੋ? ਸਲੀਮ ਸਾਹਿਬ, ਤੁਹਾਡਾ ਬੜਾ ਸ਼ੁਕਰੀਆ ਕਿ ਤੁਸੀਂ ਆਪਣੇ ਚੈਨਲ ਲਈ ਮੈਨੂੰ ਬੁਲਾਇਆ, ਅਤੇ ਮੈਨੂੰ ਬੜੀ ਖੁਸ਼ੀ ਹੋਈ। ਅੱਲਾਹ ਪਾਕ ਤੁਹਾਡੇ ਚੈਨਲ ਨੂੰ ਬਹੁਤ ਤਰੱਕੀ ਦੇਵੇ ਔਰ ਕਾਮਯਾਬੀਆਂ ਦੇਵੇ। ਨਹੀਂ ਨਹੀਂ, ਇਹ ਨਾਸਰ ਸਾਹਿਬ ਮੇਰਾ ਚੈਨਲ ਨਹੀਂ, ਇਹ ਤੁਹਾਡਾ ਚੈਨਲ ਹੈ। ਤੁਸੀਂ ਵਾਕਈ ਬੜੇ ਮਹਾਨ ਫਨਕਾਰ ਹੋ, ਕਲਾਕਾਰ ਹੋ, ਕਿ ਤੁਸੀਂ ਇੰਡੀਆ ਦੇ ਜਿਹੜੇ ਆਪਣਾ ਚੜ੍ਹਦਾ ਪੰਜਾਬ ਆ ਫਿਲਮ ਕਰਕੇ ਆਏ ਹੋ ਤੁਸੀਂ ਚੱਲ ਮੇਰਾ ਪੁੱਤ, ਉਹਨੇ ਪੂਰੀ ਦੁਨੀਆ ਦੇ ਵਿੱਚ ਐਸਾ ਬਿਜ਼ਨਸ ਕੀਤਾ, ਰਿਕਾਰਡ ਬਿਜ਼ਨਸ ਹੋਇਆ, ਅਤੇ ਤੁਸੀਂ ਕੀ ਖੁਸ਼ੀ ਮਹਿਸੂਸ ਕਰ ਰਹੇ ਹੋ? ਸਲੀਮ ਸਾਹਿਬ, ਇਹ ਇੱਕ ਮਤਲਬ ਕਿ ਤੁਸੀਂ ਸਮਝੋ ਅਜਿਹਾ ਪ੍ਰੋਜੈਕਟ ਸਾਡਾ ਹੈ ਸੀ, ਇਹਦੇ ਵਿੱਚ ਲਹਿੰਦਾ ਪੰਜਾਬ ਜਾਂ ਚੜ੍ਹਦਾ ਪੰਜਾਬ ਦੋਵਾਂ ਦੀ ਬੜੀ ਮਿਹਨਤ ਸੀ। ਮੈਂ ਖਾਸ ਤੌਰ 'ਤੇ ਕਾਰਜ ਭਾਅ ਜੀ, ਉਹਨਾਂ ਨੂੰ ਇਸ ਚੀਜ਼ ਦਾ ਕ੍ਰੈਡਿਟ ਦਿਆਂਗਾ, ਅਰਮਿੰਦਰ ਗਿੱਲ ਨੂੰ ਦਿਆਂਗਾ ਇਸ ਚੀਜ਼ ਦਾ ਕ੍ਰੈਡਿਟ, ਠੀਕ ਹੈ, ਜਨਜੋਤ ਜੋ ਸਾਡੇ ਡਾਇਰੈਕਟਰ ਸਨ ਉਹਨਾਂ ਨੂੰ ਦਿਆਂਗਾ ਇਸ ਚੀਜ਼ ਦਾ ਕ੍ਰੈਡਿਟ, ਅਤੇ ਇਧਰੋਂ ਇਫਤਖਾਰ ਠਾਕਰ ਸਾਹਿਬ, ਅਕਰਮ ਉਦਾਸ ਔਰ ਮੈਂ ਸੀ, ਅਤੇ ਇਹਦੇ ਵਿੱਚ ਤੁਹਾਡਾ ਵੀ ਇੱਕ ਹਿੱਸਾ ਹੈ ਫਿਲਮ ਦੇ ਵਿੱਚ, ਤੁਸੀਂ ਵੀ ਇੱਕ ਥੋੜ੍ਹਾ ਜਿਹਾ ਹਿੱਸਾ ਪਾਇਆ ਹੈ। ਮੈਂ ਤਾਂ ਤੁਹਾਡੇ ਕਹਿਣ 'ਤੇ ਐਜ਼ ਏ ਗੈਸਟ ਮੈਂ ਵਿੱਚ ਵੜ ਗਿਆ। ਨਹੀਂ, ਬੜੀ ਮਿਹਰਬਾਨੀ ਤੁਹਾਡੀ ਮੁਹੱਬਤ, ਔਰ ਆਗਾ ਮਾਜਦ ਸਾਹਿਬ ਇਸ ਫਿਲਮ ਦਾ ਹਿੱਸਾ ਨੇ, ਅਤੇ ਇਹ ਜਦੋਂ ਫਿਲਮ ਦੀ ਸਾਨੂੰ ਆਫਰ ਹੋਈ ਸੀ ਨਾ, ਅਤੇ ਬਜ਼ਾਹਿਰ ਹੈਗਾ ਕਿ ਹਰ ਬੰਦਾ ਚਾਹੁੰਦਾ ਕਿ ਮੈਂ ਮਤਲਬ ਇੰਟਰਨੈਸ਼ਨਲ ਕੋਈ ਐਸਾ ਕੰਮ ਕਰਾਂ ਜਿਹਦੇ 'ਚ ਪਾਕਿਸਤਾਨ ਦੀ ਨਾ ਇੱਜ਼ਤ ਹੋਵੇ, ਠੀਕ ਹੈ। ਉਹ ਸਾਰੀ ਟੀਮ ਨੇ ਬੜੀ ਮਿਹਨਤ ਕੀਤੀ ਸਲੀਮ ਸਾਹਿਬ, ਜਿਵੇਂ ਸਿਰ ਜੋੜ ਕੇ ਇਸ ਪ੍ਰੋਜੈਕਟ ਨੂੰ ਕੀਤਾ, ਔਰ ਇਹਦੇ 'ਚ ਟਾਈਮ ਥੋੜ੍ਹਾ ਸੀ, ਠੀਕ ਹੈ, ਉਹ 1.5-2 ਮਹੀਨੇ ਦੇ ਵਿੱਚ ਫਿਲਮ ਲਾਉਣੀ, ਮੈਨੂੰ ਨਹੀਂ ਸੀ ਲੱਗਦਾ ਕਿ ਫਿਲਮ ਲਾ ਲੈਣਗੇ ਜਾਂ ਲੱਗ ਜਾਏਗੀ, ਇਹ ਰੱਬ ਦਾ ਕੋਈ ਕਰਮ ਹੀ ਹੋਇਆ। ਅਤੇ ਉਹ ਫਿਲਮ ਲੱਗੀ ਪੂਰੀ ਦੁਨੀਆ ਦੇ ਵਿੱਚ, ਲੋਕਾਂ ਨੇ ਜਿੰਨਾ ਪਿਆਰ ਦਿੱਤਾ, ਮੈਂ ਉਹਨਾਂ ਲੋਕਾਂ ਦਾ ਸ਼ੁਕਰੀਆ ਅਦਾ ਕਰਦਾ ਕਿ ਬੜੀ ਮੁਹੱਬਤ ਦਿੱਤੀ ਉਹਨਾਂ ਨੇ, ਮੇਰੀ ਸੋਚ ਤੋਂ ਜ਼ਿਆਦਾ ਸਾਨੂੰ ਪਿਆਰ ਦਿੱਤਾ ਹੈ ਔਰ ਮੁਹੱਬਤ ਦਿੱਤੀ ਹੈ ਸਾਡੇ ਭੈਣ ਭਰਾਵਾਂ ਨੇ, ਜਿੰਨੇ ਵੀ ਫਿਲਮ ਵੇਖੀ ਉਹਨਾਂ ਨੇ ਫਿਲਮ ਵੇਖ ਕੇ ਇਹਦੇ ਮਤਲਬ ਕਿ ਜਿੰਨਾ ਪਿਆਰ ਦਿੱਤਾ ਹੈ ਉਹ ਸਾਨੂੰ। ਮੈਂ ਆਪ ਖੁਦ ਦੁਬਈ ਦੇ ਵਿੱਚ ਜਦੋਂ ਫਿਲਮ ਲਾਂਚ ਹੋਈ ਹੈ ਪਿਛਲੇ ਦਿਨਾਂ ਦੇ ਵਿੱਚ, ਅਤੇ ਮੈਂ ਉੱਥੇ ਸੀ, ਪ੍ਰਮੋਸ਼ਨ ਕਰ ਰਹੀ ਸੀ, ਅਤੇ ਹਾਲ ਦੇ ਵਿੱਚ ਮੈਂ ਦੇਖਿਆ ਕਿ ਲੋਕਾਂ ਨੇ ਨਾ ਇਸ ਫਿਲਮ ਨੂੰ ਬਹੁਤ ਪਿਆਰ ਦਿੱਤਾ, ਫਨਕਾਰਾਂ ਨੂੰ ਬਹੁਤ ਪਿਆਰ ਦਿੱਤਾ, ਉੱਧਰ ਵਾਲੇ ਫਨਕਾਰਾਂ ਨੂੰ ਬਹੁਤ ਪਿਆਰ ਦਿੱਤਾ, ਅਤੇ ਅੱਲਾਹ ਦਾ ਸ਼ੁਕਰ ਅਦਾ ਕਰਦੇ ਹਾਂ ਕਿ ਬੜੀ ਰਹਿਮਤ ਰੱਬ ਦੀ ਕਿ ਅੱਲਾਹ ਪਾਕ ਨੇ ਕਰਮ ਕੀਤਾ। ਮੇਰਾ ਖਿਆਲ ਹੈ ਕਿ ਤੁਹਾਨੂੰ ਇਹ ਜਿਹੜੀ ਫਿਲਮ ਦੀ ਸਾਰੀ ਸ਼ੂਟਿੰਗ ਹੈ ਲੰਡਨ 'ਚ ਹੋਈ ਹੈ? ਜੀ, ਇਹ ਸਾਰੀ ਬਰਮਿੰਗਮ ਦੇ ਵਿੱਚ ਹੋਈ ਹੈ, UK 'ਚ ਸਾਰੀ ਸ਼ੂਟਿੰਗ ਹੋਈ ਹੈ ਇਸ ਫਿਲਮ ਦੀ। ਅਤੇ ਉਹ ਤੁਹਾਡੇ ਡਰਾਮੇ ਸੁਣਿਆ, ਬਹੁਤ ਮਤਲਬ ਸ਼ੌਕ ਨਾਲ ਦੇਖਦੇ ਨੇ, ਉਹ ਤੁਹਾਨੂੰ ਬੜਾ ਪਸੰਦ ਕਰਦੇ ਨੇ। ਅਸਲ ਸਲੀਮ ਸਾਹਿਬ ਹੁੰਦਾ ਇਸ ਤਰ੍ਹਾਂ ਹੀ ਕਿ ਪਸੰਦ ਜਿਵੇਂ ਜਿੰਨਾ ਸਾਨੂੰ ਉਹ ਕਰਦੇ ਨੇ ਉਨਾ ਅਸੀਂ ਵੀ ਕਰਦੇ ਹਾਂ, ਉਹ ਜਿਸ ਦੇ ਅਸੀਂ ਤੁਸੀਂ ਨੂੰ ਮਿਲਦੇ ਹਾਂ ਨਾ, ਮੁਲਾਕਾਤ ਹੁੰਦੀ ਹੈ ਨਾ, ਉਦੋਂ ਪਤਾ ਲੱਗਦਾ ਕਿ ਯਾਰ ਤੁਸੀਂ ਨੂੰ ਪਿਆਰ ਕਿੰਨਾ ਕਰਦੇ ਆ, ਕਿਉਂਕਿ ਪਿਆਰ ਤਾਂ ਅੰਦਰ ਹੈ, ਠੀਕ ਹੈ। ਕੁਛ ਕੁ ਮਜਬੂਰੀਆਂ ਹੁੰਦੀਆਂ ਨੇ, ਮਤਲਬ ਗੌਰਮੈਂਟ ਦੀਆਂ ਕਹਿ ਲਓ, ਲੋਕ ਇਹ ਮਤਲਬ ਨਹੀਂ ਚਾਹੁੰਦੇ ਇਹ ਆਪਸ ਵਿੱਚ ਮਿਲਣ, ਠੀਕ ਹੈ, ਉਤਲੀ ਸਤਾ ਦੀ ਗੱਲਾਂ ਨੇ ਸਾਰੀਆਂ, ਠੀਕ ਹੈ। ਲੇਕਿਨ ਇਹ ਹੈਗਾ ਕਿ ਜਦੋਂ ਇਹ ਮਿਲਦੇ ਹੈ ਆਪਸ ਦੇ ਵਿੱਚ, ਜਿੰਨੇ ਸਾਡੇ ਸਰਦਾਰ ਫੈਮਲੀਆਂ ਨੇ, ਠੀਕ ਹੈ, ਕੋਈ ਵੀ ਸਾਡੇ ਪਾਕਿਸਤਾਨੀ ਫੈਮਲੀ ਜਦੋਂ ਬਾਹਰ ਸਾਨੂੰ ਮਿਲਦੀਆਂ ਨੇ, ਅਤੇ ਉਹ ਜਿੰਨਾ ਪਿਆਰ ਸਾਨੂੰ ਦਿੰਦੇ ਨੇ ਉਹ ਬੰਦਾ ਭੁੱਲ ਹੀ ਨਹੀਂ ਸਕਦਾ ਜ਼ਿੰਦਗੀ 'ਚ। ਨਹੀਂ, ਮਜ਼ਾ ਤਾਂ ਤੁਹਾਨੂੰ ਬੜਾ ਆਇਆ ਹੋਣਾ, ਮੇਰੇ ਇਹ ਫਿਲਮ ਤੋਂ ਇਲਾਵਾ ਤੁਹਾਡੀ ਜਿਹੜੀ ਰਾਤ ਨੂੰ ਕੰਪਨੀ ਹੁੰਦੀ ਹੋਏਗੀ, ਕਿ ਇੰਝ ਲੱਗਦਾ ਹੈਗਾ ਕਦੀ ਅਸੀਂ ਮਤਲਬ ਕਿ ਪਹਿਲੀ ਵਾਰੀ ਮਿਲੇ ਹੀ ਨਹੀਂ, ਲੱਗਦਾ ਕਿ ਸਦੀਆਂ ਤੋਂ ਇੱਕ ਦੂਸਰੇ ਨੂੰ ਜਾਣਦੇ ਹਾਂ। ਮੈਂ ਕਹਿੰਦਾ ਕਿ ਇੱਕ ਵਕੂਆ ਹੋਇਆ ਸੀ ਕਿ ਜਦੋਂ ਸਾਡੀ ਸ਼ੂਟ ਮੁਕੰਮਲ ਹੋ ਰਹੀ, ਇੱਕ ਮੁੰਡਾ ਸੀ, ਇੱਕ ਕੈਮਰਾਮੈਨ ਦਾ ਅਸਿਸਟੈਂਟ ਸੀ, ਠੀਕ ਹੈ ਜੀ, ਅਤੇ ਇੱਕ ਮੁੰਡਾ ਸੀ ਜਿਹੜਾ ਸਾਡਾ ਪ੍ਰੋਡਕਸ਼ਨ ਬੋਆਏ ਸੀ ਲੜਕਾ, ਉਹਦਾ ਨਾਂ ਸੀ ਘੜੇ 'ਚ, ਲੱਕੜੇ 'ਚ, ਹਾਂ। ਉਹ ਜਿਹੜਾ ਅਸਿਸਟੈਂਟ ਸੀ ਨਾ, ਉਹਦਾ ਪਾਸਪੋਰਟ ਨਾ, ਉਹਦਾ ਮਤਲਬ ਵੀਜ਼ਾ ਖਤਮ ਹੋ ਗਿਆ ਸੀ, ਉਹਨੇ ਜਾਣਾ ਸੀ, ਜਿਸ ਦਿਨ ਉਹਨੇ ਜਾਣਾ ਸੀ ਉਹਦਾ ਪਾਸਪੋਰਟ ਨਾ ਲੱਭੇ। ਉਹ ਇੱਕ ਬੰਦਾ 2 ਦਿਨ ਪਹਿਲੇ ਗਿਆ ਸੀ ਇੰਡੀਆ, ਉਹਦਾ ਪਾਸਪੋਰਟ ਆਪਣੇ ਬੈਗ 'ਚ ਲੈ ਕੇ ਚਲਾ ਗਿਆ, ਉਹਨੇ ਪੁੱਛਿਆ ਲੱਗਿਆ ਮੇਰਾ ਪਾਸਪੋਰਟ ਲੱਗਿਆ ਉੱਥੇ ਮੇਰੇ ਕੋਲ, ਅਤੇ ਮੈਂ ਤਾਂ 2 ਦਿਨ ਵਾਪਸ ਆਵਾਂਗਾ ਅਤੇ ਫਿਰ ਦਿਆਂਗਾ। ਅਤੇ ਉਹ ਜਿਹੜਾ ਮੁੰਡਾ ਸੀ ਘੜੇ 'ਚ, ਉਸ ਦੀ ਵੀ ਉਸੇ ਦਿਨ ਫਲਾਈਟ ਸੀ, ਅਤੇ ਉਹ ਦੁਆ ਕਰ ਰਿਹਾ ਸੀ, ਕਹਿੰਦਾ ਭਾਅ ਜੀ ਮੈਂ ਤਾਂ ਅੱਲਾ ਕੇ ਦੁਆ ਕੀਤੀ, ਮੇਰਾ ਕਿਉਂ ਨਹੀਂ ਲੈ ਗਿਆ ਪਾਸਪੋਰਟ, ਉਹ ਮੈਂ 2-4 ਦਿਨ ਤੁਹਾਡੇ ਨਾਲ ਹੋਰ ਰਹਿ ਲੈਂਦਾ। ਇਹ ਮੁਹੱਬਤਾਂ, ਇਹ ਪਿਆਰ, ਰਾਤ ਨੂੰ ਬਹਿ ਕੇ ਅੱਲਾ ਗੁੱਲਾ ਅਮਿੰਦਰ ਭਾਅ ਜੀ, ਨਾ ਕਿ ਗੁਰਸ਼ਬਦ, ਹਰਦੀਪ ਗਿੱਲ ਭਾਈ ਜੀ, ਠੀਕ ਹੈ, ਸਾਰੀ ਟੀਮ, ਰਾਤ ਨੂੰ ਜੋ ਸ਼ੂਟ ਖਤਮ ਹੁੰਦਾ ਸੀ ਕਿ ਉਹ ਜਿਹੜੇ ਲੰਮੇ ਨੇ, ਉਹ ਜਿਹੜੇ ਮਤਲਬ ਕਿ ਟਾਈਮ ਗੁਜ਼ਰਿਆ, ਉਹ ਸਾਰੀ ਜ਼ਿੰਦਗੀ ਯਾਦ ਰਹੇਗਾ। ਨਹੀਂ, ਰਮਿੰਦਰ ਭਾਅ ਜੀ ਦਾ ਮੈਂ ਵੀ ਬੜਾ ਫੈਨ ਹਾਂ, ਯਕੀਨ ਕਰੋ ਕਿ ਉਹ ਬੜਾ ਹਟ ਕੇ ਕੰਮ ਕਰਦਾ,
ਪਹਿਲੇ ਵੀ ਉਹਨਾਂ ਦੀਆਂ ਫਿਲਮਾਂ ਮੈਂ ਦੇਖੀਆਂ ਨੇ ਬੜੀਆਂ, ਸਾਰੇ ਇੱਥੇ ਸਾਡੇ ਲੋਕ ਸਾਡੀਆਂ ਫੈਮਲੀਆਂ ਬਹੁਤ ਪਸੰਦ ਕਰਦੀਆਂ ਨੇ। ਅਤੇ ਹੁਣ ਇਹ ਫਿਲਮ ਜਿਹੜੀ ਮਾਸ਼ਾਅੱਲਾ ਅਜੇ ਤਾਂ ਸਿਨੇਮੇ 'ਚ ਬਿਜ਼ਨਸ ਕਰਦੀ ਹੈ, ਅਤੇ ਇਹ ਫਿਰ ਆ ਜਾਏਗੀ ਨੈੱਟ ਦੇ ਉੱਤੇ, ਫਿਰ ਸਾਰੇ ਲੋਕ ਦੇਖਣਗੇ। ਸਲੀਮ ਸਾਹਿਬ, ਅਜੇ ਮਤਲਬ ਕਿ ਜਿਸ ਤਰ੍ਹਾਂ ਫਿਲਮ ਨੂੰ ਰਿਸਪੋਂਸ ਮਿਲਿਆ ਹੈਗਾ, ਲੋਕ ਦੇਖ ਰਹੇ ਨੇ ਇਸ ਫਿਲਮ ਨੂੰ, ਠੀਕ ਹੈ, ਉਹਨਾਂ ਦੀ ਕੋਸ਼ਿਸ਼ ਹੈਗੀ ਕਿ ਮਤਲਬ ਕਿ ਆਉਣੀ ਤਾਂ ਹੈ ਯੂਟਿਊਬ 'ਤੇ, ਅਤੇ ਆਉਣੀ ਆਉਣੀ ਫਿਲਮ ਹੈਗੀ, ਲੇਕਿਨ ਉਹਦਾ ਇੱਕ ਅੱਛਾ ਪ੍ਰਿੰਟ ਆ ਜਾਏਗਾ, ਬਜਾਏ ਉਹਨੂੰ ਕਿਸੇ ਬੰਦੇ ਨੇ ਮੋਬਾਈਲ 'ਤੇ ਬਣਾ ਕੇ ਕੈਮਰਾ ਪ੍ਰਿੰਟ ਹੋ ਜਾਏ, ਉਹ ਨਹੀਂ ਕਰਨਾ ਚਾਹੀਦਾ, ਕਿਉਂਕਿ ਇਸ ਲਈ ਕਿ ਅਜੇ ਲੋਕ ਦੇਖ ਰਹੇ ਨੇ, ਠੀਕ ਹੈ, ਯੂਟਿਊਬ 'ਤੇ ਆ ਜਾਏਗੀ ਫਿਰ ਵੀ ਲੋਕ ਦੇਖਣਗੇ। ਬਾਕੀ ਅਰਮਿੰਦਰ ਗਿੱਲ ਦੀ ਜਿਹੜੀ ਮੈਂ ਮੇਨ ਚੀਜ਼ ਦੱਸਦਾ, ਉਹਦੀ ਜਿੰਨੀਆਂ ਤੁਸੀਂ ਫਿਲਮਾਂ ਚੁੱਕ ਕੇ ਦੇਖ ਲਓਗੇ ਨਾ, ਉਹਦੀ ਫੈਮਿਲੀ ਮੂਵੀ ਹੁੰਦੀ ਹੈ, ਲੋਕ ਫੈਮਿਲੀ ਉਹਨੂੰ ਬਹੁਤ ਪਸੰਦ ਕਰਦੀ ਹੈ। ਮੈਂ ਤਾਂ ਅਸ ਕਿਉਂਕਿ ਅਸੀਂ ਨਾਲ ਰਹੇ ਹਾਂ, ਬਾਹਰ ਆਊਟਡੋਰ ਵੀ ਸ਼ੂਟਿੰਗ ਕੀਤੀ ਹੈ, ਲੋਕਾਂ ਦੇ ਮਤਲਬ ਉਹ ਲੋਕਾਂ ਉਹਨੂੰ ਵੇਖ ਕੇ ਲੋਕਾਂ ਦੀ ਚੀਕਾਂ ਨਿਕਲਦੀਆਂ ਵੀ ਵੇਖੀਆਂ ਨੇ, ਅਚਾਨਕ ਨਜ਼ਰ ਪੈ ਗਈ, ਲੇਕਿਨ ਜਿੰਨਾ ਵੱਡਾ ਫਨਕਾਰ ਹੈ ਉਸ ਤੋਂ ਵੱਡਾ ਉਹ ਇਨਸਾਨ ਹੈਗਾ। ਨੋ ਡਾਊਟ ਤੁਹਾਡੀ ਬੜੀ ਮਿਹਨਤ ਸੀ ਇਸ ਫਿਲਮ ਦੇ ਉੱਤੇ, ਔਰ ਅੱਲਾ ਨੇ ਉਹ ਸਮਰ ਵੀ ਤੁਹਾਨੂੰ ਦਿੱਤਾ, ਉਹ ਫਲ ਦਿੱਤਾ। ਅਤੇ ਮੇਰੇ ਇੱਕ ਦੋਸਤ ਨੇ ਬਾਰਸਲੋਨਾ 'ਚ, ਆਪਣਾ ਸ਼ਫਕਤ ਰਜ਼ਾ ਸਾਹਿਬ, ਉਹ ਕਹਿੰਦਾ ਮੈਨੂੰ 35 ਸਾਲ ਹੋ ਗਏ ਇੱਥੇ ਰਹਿੰਦੇ ਹਾਂ, ਲੇਕਿਨ ਮੈਂ ਅੱਜ ਤੀਕਰ ਇੰਨਾ ਰਸ਼ ਕਦੀ ਸਿਨੇਮੇ 'ਚ ਨਹੀਂ ਦੇਖਿਆ। ਵੱਡੀ ਤੋਂ ਵੱਡੀ ਫਿਲਮ ਵੀ ਲੱਗੀ ਹੈ, ਟਾਈਟੈਨਿਕ ਵੀ ਲੱਗੀ ਹੈ, ਸ਼ਾਹਰੁਖ ਦੀਆਂ ਫਿਲਮਾਂ ਲੱਗੀਆਂ ਨੇ, ਹੋਰ ਵੀ, ਲੇਕਿਨ ਹਾਊਸਫੁੱਲ ਕਦੀ ਨਹੀਂ ਗਿਆ ਕਿ ਲੋਕ ਬਾਹਰ ਖਲੋਤੇ ਟਿਕਟ ਹੀ ਨਹੀਂ ਮਿਲ ਰਹੇ। ਜਿਸ ਤਰ੍ਹਾਂ ਇੱਕ ਦੌਰ 'ਚ ਨਹੀਂ ਟਿਕਟ ਕੱਢਦੇ ਹੁੰਦੇ ਬੰਦਾ, ਕਮੀਜ਼ ਲਾ ਕੇ ਵੀ ਟਿਕਟ ਕੱਢਣੀ ਹੈ, ਕੱਢੀ ਨਹੀਂ ਹੋਣੀ ਕਮੀਜ਼ ਲਾ ਕੇ, ਨਹੀਂ ਨਹੀਂ, ਮੈਂ ਤੁਹਾਡਾ ਜਿਸਮ ਵੇਖ ਕੇ ਤਾਂ ਲੋਕਾਂ ਨੇ ਆਪੇ ਤੋਂ ਟਿਕਟ ਦੇ ਦੇਣੀ ਸੀ ਕਿ ਟਿਕਟ ਰੱਖ ਲਓ। ਮੈਂ ਇੱਕ ਵਾਰੀ ਟਿਕਟ ਕੱਢਣ ਦਿਆ ਸੀ, ਕਈ ਬੰਦੇ ਦਾ ਹਾਸਾ ਨਿਕਲ ਗਿਆ, ਨਿਕਲ ਜਾਂਦਾ ਹੁੰਦਾ ਇਹੋ ਜਿਹੀ ਚੀਜ਼ ਵਿੱਚ, ਬੜੇ ਹਾਸਾ ਨਿਕਲ ਹੀ ਜਾਂਦਾ ਹੁੰਦਾ। ਮੈਂ ਰਾਣਾ ਸਾਹਿਬ ਦਾ ਕਲਿਪਸ ਦੇਖਿਆ ਹੈਗਾ, ਰਾਣਾ ਸਾਹਿਬ ਨੇ ਜਿਹੜੇ ਵਿਊਜ਼ ਦਿੱਤੇ ਨੇ ਇਹ ਫਿਲਮ ਦੇ ਬਾਰੇ ਦੇ ਵਿੱਚ। ਟੈਕਨੀਕਲ ਬੰਦਾ ਜਦੋਂ ਤੁਹਾਡੀ ਤਾਰੀਫ ਕਰਦਾ ਨਾ, ਜਿਹੜਾ ਇਸ ਚੀਜ਼ ਨੂੰ ਸਮਝਦਾ, ਇਸ ਫੀਲਡ ਨੂੰ ਸਮਝਦਾ, ਅਤੇ ਉਹ ਜਦੋਂ ਤੁਹਾਡੀ ਤਾਰੀਫ ਕਰਦਾ ਨਾ, ਇਹ ਇੱਕ ਇਜ਼ਾਜ਼ ਦੀ ਗੱਲ ਹੁੰਦੀ ਹੈ, ਇਹ ਚੀਜ਼ ਜਿਹੜੀ ਨਾ ਇਜ਼ਾਜ਼ ਦੀ ਬਾਤ ਹੁੰਦੀ ਹੈ ਇਨਸਾਨ ਲਈ, ਅਤੇ ਉਹ ਬੜੀ ਬਾਤ ਹੈਗੀ ਇਸ ਚੀਜ਼ ਦਾ ਕਿ ਲੋਕਾਂ ਨੇ ਹਰ ਜਗ੍ਹਾ 'ਤੇ ਪਸੰਦ ਕੀਤਾ। ਦੂਸਰੇ ਬਾਬ ਮੇਰਾ ਦੋਸਤ ਹੈਗਾ ਫੈਸਲ ਦੁਬਈ ਦੇ ਵਿੱਚ, ਅਤੇ ਉਹ ਮੈਨੂੰ 3-4 ਦਿਨ ਮੇਰੇ ਨਾਲ ਹੀ ਬਹੁਤ ਪਿਆਰ ਦਿੱਤਾ, ਅਤੇ ਜਦੋਂ ਉਹਨੇ ਫਿਲਮ ਵੇਖੀ, ਉਹ ਵੀ ਟੈਕਨੀਕਲ ਆਦਮੀ ਹੈਗਾ, ਇਸ ਫੀਲਡ ਦਾ ਬੰਦਾ ਹੈਗਾ, ਇਸ ਫੀਲਡ ਨੂੰ ਸਮਝਦਾ ਹੈਗਾ, ਜਿਹੜੇ ਉਹਨੇ ਵਿਊਜ਼ ਦਿੱਤੇ ਨੇ ਫਿਲਮ ਦੇ ਬਾਰੇ ਦੇ ਵਿੱਚ, ਕਿ ਉਹਨੇ ਵੀ ਇਹ ਕਿਹਾ ਕਿ ਮੈਂ ਦੁਬਈ ਦੇ ਵਿੱਚ ਇੰਨਾ, ਉਹ ਵੀ ਇਹ ਕਹਿੰਦਾ ਕਿ ਇੰਨੇ ਸਾਲ ਹੋ ਗਏ ਨੇ ਕਿ ਮੈਂ ਕਦੀ ਇੰਨੀ ਦੇਖਿਆ ਕਿ ਫਿਲਮ ਮੁੱਕੇ ਔਰ ਲੋਕ ਖੜੇ ਹੋ ਕੇ ਕਲੈਪ ਕਰ ਰਹੇ ਹੋ, ਇਹ ਬੜੀ ਬੜੀ ਬਾਤ ਹੈ। ਲੇਕਿਨ ਇਹਦੇ ਵਿੱਚ ਜਿਹੜੀ ਹੁਣ ਦੂਸਰੀਆਂ ਚੀਜ਼ਾਂ ਨੇ ਨਾ, ਜੇ ਸਾਡਾ ਬੇਸ ਹੈਗਾ, ਜੇ ਸਾਨੂੰ ਮਤਲਬ ਸਾਨੂੰ ਲੈ ਕੇ ਟੁਰਦੀ ਇਹ ਚੀਜ਼ ਜਿਹੜੀ, ਉਹ ਸਾਡਾ ਥੀਏਟਰ ਹੈਗਾ, ਜੇ ਥੀਏਟਰ ਯਾਨੀ ਕਿ ਜਿਹੜੀ ਸਾਡੀ ਮਾਂ ਹੈਗੀ, ਠੀਕ ਹੈ, ਕਿਉਂਕਿ ਥੀਏਟਰ ਨਾਲ ਸਾਨੂੰ ਸਾਰੇ ਫਨਕਾਰਾਂ ਨੂੰ ਪਿਆਰ ਹੈਗਾ, ਜਿੰਨੇ ਵੀ ਥੀਏਟਰ ਦੇ ਆਰਟਿਸਟ ਨੇ, ਉਹਦੇ ਨਾਲ ਸਾਨੂੰ ਲਵ ਹੈ, ਹਾਂਜੀ, ਮਤਲਬ ਨਗਦ ਕਲੈਮ ਮਿਲਦੀ ਉਹ, ਹਾਂ ਨਗਦ, ਬਿਲਕੁਲ ਨਗਦ, ਠੀਕ ਹੈ। ਦੂਸਰਾ ਜਿਹੜਾ ਨਾ ਕੈਮਰੇ ਦਾ ਸਾਹਮਣਾ ਪਹਿਲੇ ਮੈਂ ਕਦੀ ਕੀਤਾ ਹੀ ਨਹੀਂ ਸੀ, ਠੀਕ ਹੈ, ਥੀਏਟਰ ਕਰਦਾ ਸੀ, ਉਸ ਤੋਂ ਬਾਅਦ ਦੂਸਰਾ ਜਿਹੜਾ ਫਸਟ ਕ੍ਰੈਡਿਟ ਕੈਮਰਾ ਜਾਂ ਟੀ ਵੀ ਜਾਂ ਐਸੀ ਚੀਜ਼ ਦਾ ਮੈਂ ਕ੍ਰੈਡਿਟ ਦਿਆਂਗਾ, ਉਹ ਆਫਤਾਬ ਇਕਬਾਲ ਸਾਹਿਬ ਨੂੰ ਦਿਆਂਗਾ, ਕਿ ਆਫਤਾਬ ਸਾਹਿਬ ਨੇ ਬੜਾ ਸਿਖਾਇਆ ਹੈ, ਬੜਾ ਮਤਲਬ ਦੱਸਿਆ ਹੈਗਾ ਕਿ ਮਤਲਬ ਟੀ ਵੀ ਦੀ ਤੁਸੀਂ ਤੁਹਾਡੇ ਫਿਕਰ ਦੀ ਥਰੋ ਕਿ ਕਿਵੇਂ ਥਰੋ ਕਰਨੀ ਹੈ, ਫਿਕਰਾ ਕਿਵੇਂ ਟੀ ਵੀ 'ਤੇ ਕਿਵੇਂ ਕਰਨਾ, ਥੀਏਟਰ 'ਤੇ ਤਾਂ ਸਾਡੇ ਉਸਤਾਦ ਅਮਾਨੁੱਲਾ ਸਾਹਿਬ ਜਿੰਨੇ ਵੀ ਸਾਡੇ ਸੀਨੀਅਰ ਨੇ ਉਹਨਾਂ ਨੇ ਬਹੁਤ ਸਾਨੂੰ ਸਿਖਾਇਆ, ਸੁਹੇਲ ਅਹਿਮਦ ਸਾਹਿਬ ਹੋ ਗਿਆ, ਅੱਲਾ ਜਨਮ ਸਿਗਰੇ ਮਸਤਾਨਾ ਸਾਹਿਬ, ਬੱਬੂ ਸਾਹਿਬ, ਠੀਕ ਹੈ, ਆਬਦ ਖਾਨ ਸਾਹਿਬ, ਤਾਰਿਕ ਜਵੇਦ ਸਾਹਿਬ, ਠੀਕ ਹੈ, ਬਾਕੀ ਉਮਰ ਸ਼ਰੀਫ ਸਾਹਿਬ ਨੇ ਬਹੁਤ ਸਿਖਾਇਆ ਥੀਏਟਰ ਦੇ ਹਵਾਲੇ ਦੇ ਨਾਲ, ਯਾਨੀ ਕਿ ਬੜੇ ਅਹਿਸਾਨਾਤ ਨੇ ਸਾਡੇ ਸੀਨੀਅਰ ਦੇ ਸਾਡੇ 'ਤੇ ਜਿਹੜਾ ਅਸੀਂ ਇਸ ਮੁਕਾਮ 'ਤੇ ਪਹੁੰਚੇ ਹਾਂ, ਅਤੇ ਬਾਕੀ ਲੋਕਾਂ ਦੀਆਂ ਦੁਆਵਾਂ, ਮਾਂ ਬਾਪ ਦੀਆਂ ਦੁਆਵਾਂ, ਅਤੇ ਅੱਲਾ ਪਾਕ ਨੇ ਅੱਜ ਇਹ ਮੁਕਾਮ ਦਿੱਤਾ ਸਾਨੂੰ। ਥੈਂਕ ਯੂ, ਤੁਸੀਂ ਸਦਾ ਖੁਸ਼ ਰਹੋ, ਅੱਲਾ ਪਾਕ ਤੁਹਾਨੂੰ ਹੋਰ ਹਿੰਮਤ ਦੇਵੇ, ਵੱਡੀਆਂ ਵੱਡੀਆਂ ਫਿਲਮਾਂ ਕਰੋ ਔਰ ਪੂਰੀ ਦੁਨੀਆ ਨੂੰ ਇੰਟਰਟੇਨ ਕਰਦੇ ਰਹੋ। ਨਾਸਰ ਚਨਿਓਟੀ ਜਿਨ੍ਹਾਂ ਨੇ ਚਨਿਓੜ ਤੋਂ ਨਿਕਲ ਕੇ ਪੂਰੇ ਪਾਕਿਸਤਾਨ ਦਾ ਨਾਂ ਰੋਸ਼ਨ ਕੀਤਾ, ਪੂਰੀ ਦੁਨੀਆ 'ਚ ਵਰਲਡ 'ਚ ਪਛਾਣੇ ਜਾਂਦੇ ਨੇ, ਅੱਲਾ ਇਹਨਾਂ ਨੂੰ ਇਸ ਤਰ੍ਹਾਂ ਹੀ ਕਾਇਮ ਔਰ ਦਾਇਮ ਰੱਖੇ। ਮੈਂ ਸਾਰਿਆਂ ਨੂੰ ਭੈਣਾਂ ਭਰਾਵਾਂ ਨੂੰ ਇਹ ਕਹਾਂਗਾ, ਇਹ ਅਲਬੇਲਾ ਟੀ ਵੀ ਜਿਹੜਾ ਨਾ, ਕਿਉਂਕਿ ਅਲਬੇਲਾ ਟੀ ਵੀ ਹੈਗਾ, ਇਹ ਤੁਹਾਡਾ ਆਪਣਾ ਚੈਨਲ ਹੈਗਾ, ਇਹਨੂੰ ਜਿਤਨਾ ਵੀ ਤੁਸੀਂ ਲਾਈਕਸ ਕਰੋਗੇ, ਇਹ ਜਿਤਨਾ ਵੀ ਇਹਨੂੰ ਪ੍ਰਮੋਟ ਕਰੋਗੇ, ਮੈਂ ਬਹੁਤ ਖੁਸ਼ ਹੋਵਾਂਗਾ। ਔਰ ਮੇਰੀ ਰਿਕੁਐਸਟ ਵੀ ਹੈਗੀ ਕਿ ਇਹਨੂੰ ਬਹੁਤ ਲਾਈਕ ਕੀਤਾ ਜਾਏ ਇਸ ਚੈਨਲ ਨੂੰ, ਇਹ ਤੁਹਾਡਾ ਆਪਣਾ ਚੈਨਲ ਹੈ, ਸਦਾ ਖੁਸ਼ ਰਹੋ, ਆਬਾਦ ਰਹੋ, ਇਸ ਤਰ੍ਹਾਂ ਹੀ ਮੁਹੱਬਤਾਂ ਦਿੰਦੇ ਰਹੋ। ਔਰ ਫਿਲਮ ਸਾਡੀ ਅਜੇ ਲੱਗੀ ਹੋਈ ਹੈ, ਇਹ ਫਿਲਮ ਜਾ ਕੇ ਦੇਖੋ, ਇਹ ਫੈਮਿਲੀ ਫਿਲਮ ਹੈਗੀ, ਤੁਹਾਨੂੰ ਬਹੁਤ ਪਸੰਦ ਆਏਗੀ। ਔਰ ਮੇਰੀਆਂ ਦੁਆਵਾਂ ਤੁਹਾਡੇ ਸਾਰਿਆਂ ਦੇ ਨਾਲ ਨੇ, ਜਿੱਥੇ ਜਿੱਥੇ ਭੈਣਾਂ ਭਰਾ ਵੱਸਦੇ ਨੇ, ਹਮੇਸ਼ਾ ਖੁਸ਼ ਰਹੋ, ਆਬਾਦ ਰਹੋ, ਔਰ ਪਾਕਿਸਤਾਨ ਜ਼ਿੰਦਾਬਾਦ। ਅਗਰ ਆਪ ਹਮਾਰੀ ਮਜ਼ੀਦ ਵੀਡੀਓਜ਼ ਦੇਖਣਾ ਚਾਹਤੇ ਹੈ ਤੋ ਹਮਾਰਾ ਚੈਨਲ ਸਬਸਕ੍ਰਾਈਬ ਕਰੇਂ ਔਰ ਬੈਲ ਆਈਕੋਨ ਦਬਾ ਦੇ, ਐਸੇ ਕਰਕੇ।